ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵਿੱਚ ਬਾਰਿਸ਼ਾਂ ਬਹੁਤ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਦਰਿਆ ਤੇ ਭਰ ਗਏ ਨੇ, ਲੇਕਿਨ ਗਲੀ ਮੁਹੱਲੇ ਵੀ ਭਰ ਗਏ ਨੇ। ਬਿਲਕੁਲ ਜੀ ਬਿਲਕੁਲ। ਪਹਿਲਾਂ ਤੇ ਆਪਾਂ ਇਹਦੀ ਇੱਕ ਨਿੱਕੀ ਜਿਹੀ ਵੀਡੀਓ ਵੇਖ ਲੈਂਦੇ ਹਾਂ, ਫਿਰ ਆਪਾਂ ਗੱਲਬਾਤ ਕਰਾਂਗੇ। ਉਹ ਆਂਟੀ ਚ ਯਾਨੀ ਕਿ ਕਿੰਨਾ ਕਿੰਨਾ ਪਾਣੀ ਆ ਰਿਹਾ ਯਾਰ, ਪਾਣੀ ਕਿੰਨਾ ਕਿੰਨਾ ਘਰਾਂ ਦੇ ਵਿੱਚ ਕਿ ਬੰਦਾ ਬੰਦਾ ਪਾਣੀ ਖੜਾ। ਬਿਲਕੁਲ ਟਰੈਕਟਰ ਡੁੱਬਿਆ। ਤਸਵੀਰਾਂ ਨੇ ਫਤਿਹਗੜ੍ਹ ਸਾਹਿਬ ਦੀਆਂ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਵੀ ਜਿਹੜੀ ਬਰਸਾਤੀ ਪਾਣੀ ਦੀ ਦਸਤਕ ਹੋਈ ਹੈ। ਉਸ ਤੋਂ ਬਾਅਦ ਅੱਛਾ ਹੋਸਟਲ ਦੇ ਵਿੱਚੋਂ ਯਾਨੀ ਕਿ ਕੱਢਦੇ ਬੈਣ ਕੱਢਦੇ ਬੈਣ ਨੇ ਖੁਦ ਮੋਰਚਾ ਸੰਭਾਲਿਆ ਤੇ ਘਰਾਂ ਦੇ ਵਿੱਚੋਂ ਕੱਢਦੇ ਯਾਰ ਟਰੈਕਟਰ ਤੇ ਚੜ ਕੇ ਪ੍ਰੋਫੈਸਰ ਉਹਨਾਂ ਦੇ ਪਰਿਵਾਰਾਂ ਵਿਦਿਆਰਥੀਆਂ ਨੂੰ ਇੱਥੋਂ ਬਾਹਰ ਕੱਢਿਆ ਗਿਆ। ਫਤਿਹਗੜ੍ਹ ਦੇਖੋ ਤੁਸੀਂ ਇਹ ਜਿਹੜੇ ਹਾਲਾਤ ਨੇ, ਇਹ ਸਿਚੁਏਸ਼ਨ ਹੈ, ਬਹੁਤ ਜ਼ਿਆਦਾ ਦਿਲ ਡਰਦਾ ਦੇਖ ਕੇ। ਪਰ ਧੰਨ ਨੇ ਇਹ ਨੌਜਵਾਨ ਜਿਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ, ਬਹੁਤ ਵੱਡੇ ਪੱਧਰ ਤੇ ਪਾਣੀ ਦਾਖਲ ਹੋਇਆ। ਇੱਕੋ ਦਮ ਕਹਿੰਦੇ ਪਾਣੀ ਦਾਖਲ ਹੋ ਗਿਆ, ਬਿਲਕੁਲ ਹੁਣ ਚੜਿਆ ਹੋਇਆ ਔਰ ਖਾਲੀ ਕੀਤਾ ਜਾ ਰਿਹਾ ਪੂਰੇ ਇਲਾਕੇ ਨੂੰ, ਇਲਾਕਾ ਖਾਲੀ ਕੀਤਾ ਜਾ ਰਿਹਾ ਕਿਉਂਕਿ ਇੰਨਾ ਸੈਲਾਬ ਹੈ, ਪਾਣੀ ਬਹੁਤ ਜ਼ਿਆਦਾ ਹੈ। ਉਹ ਕੀ ਹੈ, ਅੱਛਾ ਟਰੈਕਟਰ ਦੇ ਉੱਤੇ ਬਿਠਾਇਆ ਜਾ ਰਿਹਾ ਇਹਨਾਂ ਨੂੰ ਫਿਰ, ਤਾਂ ਕਿ ਬਾਹਰ ਲੈ ਕੇ ਜਾਇਆ ਜਾ ਸਕੇ, ਇਲਾਕਾ ਜਿਹੜਾ ਨਾ ਉਹ ਸਾਰੇ ਜਿੰਨੇ ਵੀ ਜੀ ਨੇ ਬਾਹਰ ਕੱਢੇ ਜਾ ਸਕਣ। ਹਾਂਜੀ ਯਾਰ, ਤਾਂ ਬਜ਼ੁਰਗਾਂ ਨੂੰ ਵੇਖਣਾ ਉਹਨਾਂ ਨੇ ਸਿਰ 'ਤੇ ਬਿਠਾਇਆ, ਪਾਣੀ ਬਹੁਤ ਜ਼ਿਆਦਾ ਖਰਾਬ। ਉਧਰ ਦੇਖ ਲੈਣਾ ਟਰਾਲੀਆਂ ਦੇ ਵਿੱਚ, ਟਰਾਲੀ ਵੇਖ ਤੂੰ ਯਾਰ, ਟਰਾਲੀ 'ਚ ਵੀ ਪਾਣੀ ਆਇਆ ਪਿਆ। ਬਿਲਕੁਲ, ਫਿਰ ਟਰੈਕਟਰ ਦੇ ਵਿੱਚ ਯਾਨੀ ਕਿ ਉਹਨਾਂ ਨੂੰ ਬਿਠਾ ਰਹੇ ਨੇ ਤਾਂ ਕਿ ਲੈ ਕੇ ਜਾਣਾ ਸੌਖਾ ਹੋ ਸਕੇ। ਸੌਖਾ ਹੋ ਸਕੇ, ਬਹੁਤ ਪਾਣੀ ਹੈ ਯਾਰ। ਅਤੇ ਇੱਥੇ ਕਰੰਟ ਦਾ ਵੀ ਬਹੁਤ ਖਤਰਾ। ਬਿਲਕੁਲ, ਜੇ ਤਾਰ ਡਿੱਗ ਜੇ ਤਾਂ ਕਰੰਟ ਸਾਰੇ ਪਾਸੇ ਫੈਲ ਜਾਣਾ। ਨਹੀਂ, ਅਸਲ ਦੇ ਵਿੱਚ ਇਹੋ ਜਿਹੇ ਹਾਲਾਤਾਂ ਦੇ ਵਿੱਚ ਤਾਂ ਖੰਭੇ ਹੀ ਨਾ ਡਿੱਗਦੇ, ਬੱਤੀਆਂ ਜਿਹੜੀਆਂ ਬੰਦ ਕਰ ਦਿੰਦੇ, ਬੱਤੀਆਂ ਬੰਦ ਕਰ ਦਿੰਦੇ, ਖੰਭੇ ਡਿੱਗ ਜਾਂਦੇ ਜਿੰਨਾ ਇਹ ਪਾਣੀ। ਉਹ ਆਂਟੀ ਜੀ ਨੇ ਉਹਨਾਂ ਨੂੰ ਲੈ ਕੇ ਆ ਰਹੇ ਨੇ 2 ਲੀਟਰ। ਅੱਛਾ, ਬੱਚੇ ਰੋ ਰਹੇ ਨੇ, ਉਹਨਾਂ ਨੂੰ ਹੌਸਲਾ ਦੇ ਰਹੇ ਨੇ ਵੀ ਰੋਣਾ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਅੱਛਾ, ਇਹ ਫਤਿਹਗੜ੍ਹ ਸਾਹਿਬ ਦਾ ਜਿਹੜੇ ਤਰੀਕੇ ਦਿਖਾਇਆ ਜਾ ਰਿਹਾ, ਉਹ ਕਹਿ ਰਹੇ ਨੇ ਕਿ ਪਾਣੀ ਯਕਦਮ ਹੀ ਭਰ ਗਿਆ। ਬਿਲਕੁਲ, ਚਲੋ ਯਾਰ, ਰੱਬ ਸੋਹਣਾ ਸਾਨੂੰ। ਚੜ੍ਹਦੇ ਪੰਜਾਬ ਦੇ ਇਲਾਕੇ ਫਤਿਹਗੜ੍ਹ ਦੇ ਵਿੱਚ ਅਸੀਂ ਦੇਖ ਰਹੇ ਸੀ ਕਿ ਕਿੰਨਾ ਕਿੰਨਾ ਪਾਣੀ ਖੜਾ, ਬੰਦਾ ਬੰਦਾ ਪਾਣੀ ਖੜਾ, ਬੰਦਾ ਬੰਦਾ ਪਾਣੀ ਖਲੋਤਾ ਆ, ਵੀ ਸਿਰਫ ਸੇਰੀ ਬਾਹਰ ਨੇ, ਸੇਰੀ ਬਾਹਰ ਤੇ ਘਰਾਂ ਦੇ ਵਿੱਚੋਂ ਜਿਹੜੇ ਜੀ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਤਾਂ ਕਿ ਇਲਾਕਾ ਖਾਲੀ ਕੀਤਾ ਜਾ ਸਕੇ। ਬਿਲਕੁਲ ਜੀ ਬਿਲਕੁਲ, ਕਿਉਂਕਿ ਇਹੋ ਜਿਹੇ ਜਦੋਂ ਹਾਲਾਤ ਹੁੰਦੇ ਆ, ਸੈਲਾਬ ਆਉਂਦਾ ਹੈ ਤੇ ਜਿੰਨਾ ਜਿੰਨਾ ਪਾਣੀ ਖਲੋਤਾ ਇੱਥੇ, ਫਿਰ ਘਰਾਂ ਨੂੰ ਨੁਕਸਾਨ ਪਹੁੰਚਦਾ। ਬਿਲਕੁਲ ਜੀ। ਅੱਛਾ, ਬਾਕੀ ਨਾ ਵੇਖੋ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ, ਦਰਿਆ ਭਰ ਗਏ। ਮੈਂ ਅੱਜ ਹੀ ਨਾ ਨਿਊਜ਼ ਸੁਣ ਰਿਹਾ ਸੀ ਕਿ ਦਰਿਆ ਜਿਹੜੇ ਨਾ ਨਦੀਮ ਸਾਹਿਬ ਭਰ ਚੁੱਕੇ, ਰਾਵੀ ਦੇ ਵਿੱਚ ਵੀ ਬਹੁਤ ਜ਼ਿਆਦਾ, ਰਾਵੀ ਜੇਹਲਮ ਤੇ ਜਿਹੜਾ ਹੈ ਤੀਸਰਾ ਦਰਿਆ, ਮੈਨੂੰ ਨਾਂ ਉਹਦਾ ਯਾਦ ਨਹੀਂ ਹੈ, ਲੇਕਿਨ ਦਰਿਆ ਭਰ ਗਏ। ਉਹ ਦਿਖਾ ਰਹੇ ਸਨ ਵੀ ਭਾਈ ਦਰਿਆ ਜਿਹੜੇ ਨਾ ਆਪਣੇ ਨੱਕੋ ਤੱਕ ਆ ਗਿਆ, ਕਿਨਾਰਿਆਂ ਤੱਕ ਆ ਗਿਆ। ਅੱਛਾ ਦੇਖੋ, ਇਹ ਜਿਹੜੀਆਂ ਬਾਰਿਸ਼ਾਂ ਹੋਈਆਂ ਨਾ ਪਿਛਲੇ ਦਿਨਾਂ 'ਚ, ਅੱਛਾ ਅਸਲ ਦੇ ਵਿੱਚ ਇੰਨਾ ਪਾਣੀ ਵੜਨ ਦੀ ਵਜ੍ਹਾ ਕੀ ਹੈ? ਵਜ੍ਹਾ ਕੀ ਹੈ? ਅੱਛਾ ਦੇਖੋ, ਜਿਹੜਾ ਸਾਡਾ ਪੰਜਾਬ ਹੈ ਨਾ, ਇੱਥੇ ਕਰਦੇ ਕੀ ਨੇ ਕਿ ਇੱਥੇ ਉੱਤੇ ਸੜਕਾਂ ਬੜੀਆਂ ਮਜ਼ਬੂਤ ਬਣਾ ਦਿੰਦੇ ਆ, ਥੱਲੇ ਸੀਵਰੇਜ ਦਾ ਨਿਜ਼ਾਮ ਨਹੀਂ ਬਣਾਉਂਦੇ ਕੋਈ। ਬਿਲਕੁਲ, ਵੀ ਜਿਹੜਾ ਪਾਣੀ ਦੀ ਨਿਕਾਸੀ ਦਾ ਨਿਜ਼ਾਮ ਹੈ ਉਹ ਕੋਈ ਨਹੀਂ ਹੈ, ਵੀ ਥੱਲੇ 6-6 ਇੰਚ ਦਾ ਪੈਪ ਹੈ ਜਿੱਥੇ ਕਿ ਫੁੱਟ ਦਾ ਪੈਪ ਚਾਹੀਦਾ ਤੇ ਉੱਤੇ ਸੀਵਰੇਜ ਉਹਨਾਂ ਨੇ ਪੱਕਾ ਪਾਤਾ, ਲੇਕਿਨ ਉਹ ਫਿਰ ਪਾਣੀ ਕੀ ਹੁੰਦਾ ਕਿ ਗਟਰਾਂ 'ਚ ਬਾਹਰ ਆਉਂਦਾ। ਬਿਲਕੁਲ, ਵੀ ਉਹ ਪਾਣੀ ਲੰਘ ਨਹੀਂ ਨਾ ਸਕਦਾ, ਕਿਉਂਕਿ ਪਾਣੀ ਨੇ ਤੇ ਆਪਣੀ ਕੋਈ ਨਾ ਕੋਈ ਜਗ੍ਹਾ ਬਣਾਉਣੀ ਹੈ, ਫਿਰ ਬਾਹਰ ਆ ਜਾਂਦਾ। ਬਿਲਕੁਲ। ਤੇ ਅੱਛਾ ਦੇਖੋ, ਮੈਂ ਨਾ ਅੱਜ ਹੀ ਵੇਖਦਾ ਪਿਆ ਸੀ ਕਿ ਇੱਕ ਨਾ ਪੈਲੀ ਦੇ ਵਿੱਚ ਬਾਰਿਸ਼ ਦੀ ਵਜ੍ਹਾ ਤੋਂ 6 ਫਿੱਟ ਡੂੰਘੀ ਪੈਲੀ ਸੀ। ਅੱਛਾ, ਅੱਜ ਕੱਲ੍ਹ ਨਾ ਲਗਾਇਆ ਜਾ ਰਿਹਾ ਝੋਨਾ, ਲਗਾਇਆ ਝੋਨਾ ਲਗਾਇਆ ਜਾ ਰਿਹਾ, ਚਾਵਲ ਲਗਾਏ ਜਾ ਰਹੇ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਹ ਮੈਂ ਨਾ 2-3 ਪਿੰਡਾਂ 'ਚ ਮੇਰਾ ਅੱਜ ਗੁਜ਼ਰ ਹੋਇਆ ਤੇ ਮੈਂ ਇੱਕ ਵੇਖਿਆ ਕਿ ਉੱਥੇ ਉਹਨਾਂ ਨਾਲ ਮੈਂ ਖਲੋ ਗਿਆ, ਟਰੈਕਟਰ ਫਸ ਗਿਆ, ਮੈਂ ਖਲੋ ਗਿਆ। ਮੈਂ ਕਹਿ ਲੱਗਾ ਕੀ ਗੱਲ ਬਣੀ, ਕੱਦੂ ਮਾਰਨ ਲੱਗੇ? ਕਹਿੰਦਾ ਨਹੀਂ ਯਾਰ, ਕੱਦੂ ਮਾਰਿਆ ਝੋਨਾ ਲਾਉਣ ਲਈ, ਜਿਹੜਾ ਨਾ ਇਹ ਇੱਕ ਵਾਰੀ ਫੇਰ ਵੀ ਫੇਰਨ ਲੱਗ ਰਹੇ ਆ, ਵੀ ਬਾਰਿਸ਼ ਹੋਈ ਹੈ ਤੇ ਮਿੱਟੀ ਨਰਮ ਹੋਈ ਹੋਣੀ ਆ। ਕਹਿੰਦਾ 3 ਵਾਰੀ ਹੋ ਗਿਆ ਕਿ ਟਰੈਕਟਰ ਫਸ ਗਿਆ। ਮੈਂ ਤੈਨੂੰ ਅਹਿਮਦ ਦੱਸ ਰਿਹਾ ਕਿ ਝੋਨਾ ਲਗਾਇਆ ਸੀ ਅਸੀਂ, ਹਾਂਜੀ ਝੋਨਾ ਲਗਾਇਆ, ਪਿਛਲੇ ਦਿਨ ਬੰਦੇ ਬੁੰਦੇ ਲੱਗੇ ਸੀ, ਲਗਾ ਰਹੇ ਸੀ ਝੋਨਾ, ਸਪਰੇਆਂ ਕੀਤੀਆਂ, ਖਾਦ ਖੂਦ ਜਿਹੜੀ ਪਾਉਂਦੇ ਆ ਉਹ ਪਾਈ ਹੈ, ਸਾਰਾ ਕੁਛ ਕੀਤਾ।
लेकिन उस तो बावजूद वो सारी फसल जी लगाई सी ना जी पनीरी है वो भी सड़ गई चढ़ते बहुत ही पानी जिहड़ा देखण नूं आया दो तीन दिन देखियां ने ते यार ना एक बड़ा लगा भी यार चलो असी दुआ कर सकते हैं कि अल्लाह पाक वाहिगुरु जिहड़ा ना आसानी वाला मंगदा मेहर करे जी अल्लाह पाक बिल्कुल बाकी वीडियो देखिए जिहड़े जिथों जिथों तुसीं हैगे जे तुसीं अपने अपने इलाके दा सानूं हाल दसो ताकि ना इदां हुंदा कि फिर ना एक दुख सांझा हो जांदा बिल्कुल जी पता लगे फिर दुख सांझा हो जांदा हुण आपां फतेहगढ़ दी वीडियो वेखदे पए फतेहगढ़ दे विच यार भी इहनां इहनां पाणी खलोता है बिल्कुल लाजमी सानूं जिहड़े जिन्ने भी साडे वीर भरा ने भैणां ने जिथों जिथों तुसीं देखदे पए हो सानूं ते अपने इलाके दे विच की सिचुएशन बारिश की पानी खलोता है निकासी का की निजाम है या किस तरह का लगता पाया मतलब जो है ना जो हालात ने बिल्कुल लाजमी दसो इधर ना दुख सांझा हो जाता बिल्कुल जी सानू पंजाब का पता लग जाता यार इस वक्त आ हालात चलन दे बिल्कुल सानू लिंदे पंजाब दे बारे ते पता है कि लिंदे पंजाब दे विच की सिचुएशन चल रही है बिल्कुल जी सानू चढ़दे पंजाब दे बारे भी पता होना चाहिए कि यार चढ़दे पंजाब दे विच कैवें दे हालात बिल्कुल जी बाकी अज दी वीडियो तक ही मिलेंगे आपां नेक्स्ट वीडियो तक सानू दो इजाजत अल्लाह अल्लाह।